ਲੱਤਾਂ ਬਾਹਾਂ ਢੋਈਆਂ ਜਾਣੇ ਠੀਕ ਕਰ ਦਿੰਦੇ ਕੁਛ ਵੀ ਹੋਵੇ ਜੀ, 5 ਮਿੰਟਾਂ ਚ ਬੰਦਾ ਠੀਕ ਜਿਹੜਾ ਮੇਰੇ ਮਣ ਕੇ ਬੈਠੇ ਆ। ਅੱਛਾ ਜੀ, ਉਹਦੇ ਤਾਂ ਸਬਜ਼ੀਆਂ ਪਵਾਉਂਗਾ ਠੀਕ ਕਰਾ ਕੇ ਬਸ ਸੰਦ ਕੇ। ਜਿਹਦਾ ਮਣਕਾ ਦੇ ਮੇਰੇ ਕੋਲ ਬੰਦਾ ਲਿਆਈ 5 ਮਿੰਟਾਂ ਚ ਬੰਦਾ ਠੀਕ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ ਬਾਈ ਜੀ। ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ? ਜਗਤਾਰ ਸਿੰਘ ਜੀ। ਜਗਤਾਰ ਸਿੰਘ ਤੇ ਪਿੰਡ ਕਿਹੜਾ ਜੀ? ਸੰਗੂਧੌਣ ਜੀ। ਸੰਗੂਧੌਣ ਬਾਈ ਜੀ, ਕੀ ਕੰਮ ਆ ਜੀ ਆਪਣਾ ਦੱਸਿਆ ਸੀ ਬਾਈ ਨੇ ਜੀ, ਹੁਣ ਦੱਸੋ। ਲੱਤਾਂ ਬਾਹਾਂ ਦਾ ਢੋਈਆਂ ਦਾ ਜੀ। ਲੱਤਾਂ ਬਾਹਾਂ ਢੋਈਆਂ ਜਾਣੀ ਠੀਕ ਕਰ ਦਿੰਦੇ ਕੁਛ ਵੀ ਹੋਵੇ ਜੀ, ਕੌਣ ਟੂਰੀ ਮੋਢਾ ਗੋਡਾ ਕੁਛ ਵੀ, ਕੋਈ ਮੱਝ ਗਾਂ ਕੁਛ ਵੀ ਹੋਵੇ। ਮੱਝ ਗਾਂ ਦੇ ਵੀ ਉਹ ਵੀ ਹੋ ਜਾਂਦਾ ਠੀਕ। ਉਹ ਫਿਰ ਇੱਥੇ ਲਿਆਉਣੀ ਪਊਗੀ ਮੱਝ ਗਾਂ ਆਪਾਂ ਨੂੰ? ਘਰੇ ਜਾ ਕੇ ਕਰ ਦਈਏ ਜੀ। ਘਰੇ ਜਾ ਕੇ ਕਰ, ਕਿੰਨੇ ਕੁ ਏਰੀਏ ਤੱਕ ਬਾਈ ਜੀ ਜਾ ਸਕਦੇ ਆ? ਜਿਵੇਂ ਨੇੜੇ 32-33 ਕਿਲੋਮੀਟਰ ਦਿੱਤਾ। ਅੱਛਾ, 32-33 ਕਿਲੋਮੀਟਰ ਤੱਕ ਜਾ ਵੜੋਂਗੇ ਆਪ ਹੀ ਖੁਦ? ਜਿਹਦਾ ਮਣਕਾ ਦਵਿਆ ਜੀ ਜਾਂ ਕੋਈ ਮਣਕੇ ਨਹੀਂ ਦੇਵੇ ਤੂੰ, ਮੇਰੇ ਕੋਲ ਬੰਦਾ ਲਿਆਈ 5 ਮਿੰਟਾਂ ਚ ਬੰਦਾ ਠੀਕ। 5 ਮਿੰਟਾਂ ਜੀ? ਹਾਂ ਬਾਈ, ਖੜਾ ਕੋਲੇ ਨੂੰ ਪੁੱਛਦਾ। ਉਹਨੇ ਬਹੁਤ ਠੀਕ ਕੀਤੇ ਅੱਜ। ਹਾਂਜੀ ਬਾਈ ਜੀ, ਆ ਸਾਡੇ ਕੋਲੇ ਹੀ ਨਾ। ਹਾਂਜੀ ਹਾਂਜੀ ਬਾਈ ਜੀ, ਆ ਦੁਕਾਨ 'ਚ ਬੈਠੇ ਵਾਪਸ ਲੈ ਕੇ ਮੰਡੀ 'ਚ। ਠੀਕ ਹੈ ਜੀ, ਦੁਕਾਨ 'ਚ ਬੈਠੇ ਠੀਕ ਬਹੁਤ ਕੀਤੇ ਅੱਜ ਇਹਨਾਂ ਨੇ। ਅੱਛਾ ਜੀ, 4-5 ਮਰੀਜ਼ ਤਾਂ ਮੇਰੇ ਕੋਲੇ ਬੈਠੇ ਠੀਕ ਕਰਤੇ ਇਹਨਾਂ ਨੇ। ਅੱਛਾ ਬਾਈ ਜੀ, ਹਾਂਜੀ ਲਓ ਦੇਖ ਸਕਦੇ ਆ ਬਾਈ ਜੀ, ਕਰਾਮਾਤ ਜੀ ਕਹਿੰਦੇ ਬਾਈ ਦੇ ਹੱਥ 'ਚ। ਵਾਹ, ਮਾਲਕ ਦੀ ਕਿਰਪਾ ਜੀ। ਕੀ ਚੱਕਰ ਆ ਬਾਈ ਜੀ, ਐਂ ਕਿਵੇਂ? ਉਹ ਮਾਲਕ। ਅੱਛਾ ਜੀ, ਮੇਰਾ ਡੈਡੀ ਕਰਦਾ ਹੁੰਦਾ ਸੀ, ਮੇਰੇ ਡੈਡੀ ਦਾ ਭੂਰਾ ਸਿੰਘ ਸੀਗਾ ਜੀ। ਠੀਕ ਹੈ ਜੀ, ਉਹ ਗਰਗਦੀ ਮੈਨੂੰ ਦੇ ਗਿਆ ਉਸ ਤੋਂ ਬਾਅਦ। ਠੀਕ ਹੈ ਜੀ, ਉਹ ਸਾਰਾ ਕੰਮ ਸਿਖਾ ਗਿਆ ਸੀ, ਪਰ ਉਸ ਤੋਂ ਬਾਅਦ ਹੌਲੀ 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 ਚੱਲਦਾ ਚੱਲਦਾ ਵਾਹ ਮਾਲਕ ਨੇ। ਕੀ ਕੀ ਮਤਲਬ ਠੀਕ ਕਰ ਲੈਂਦੇ? ਇੱਕ ਤਾਂ ਲੱਤ ਬਾਹ ਆਪਣਾ ਢੂਈ ਜੀ, ਮੋਢੇ ਮੋਢੇ ਗਿੱਟੇ ਕੁਛ ਵੀ, ਸਰੀਰ ਦੀ ਕੋਈ ਵੀ ਧਰਨ ਤੱਪਾ ਕੁਛ ਵੀ ਆ, ਧਰਨ ਤੱਪਾ ਵੀ ਸਾਰਾ ਜੀ, ਸਾਰਾ ਕੁਛ ਸਹੀ। ਇਹ ਤਾਂ ਜੱਡ ਜਾਣੀ ਸਰੀਰ ਦਾ ਕੁਛ ਵੀ, ਮਾਲਕ ਦੀ ਕਿਰਪਾ ਚਾਹੀਦੀ ਆ ਬਸ, ਹੰਕਾਰ ਨਹੀਂ ਕੀਤਾ ਕਿਤੇ। ਅੱਛਾ ਜੀ, ਹਾਂ ਉਹ ਮਾਲਕ ਆ ਮੇਰੇ ਨਾਲ। ਤੇ ਬਾਈ ਜੀ ਆਪਣਾ ਫੋਨ ਨੰਬਰ ਜ਼ਰੂਰ ਬੋਲ। 9786 ਬਾਈ ਜੀ, 9786 60524 60524 ਚੱਕਰ ਹੀ ਹੋਰ ਬੋਲ ਦੇ ਨੰਬਰ ਹੀ 9786 60524 ਨਾਮ ਜੀ? ਜਗਤਾਰ ਸਿੰਘ ਜੀ। ਜਗਤਾਰ ਸਿੰਘ ਬਾਈ ਜੀ, ਕੋਈ ਵੀ ਸਰੀਰ ਦੇ ਵਿੱਚ ਕੋਈ ਅੰਗ ਪੈਰ ਦੁਖਦਾ ਬਾਈ ਜੀ ਨਾਲ ਕੰਟੈਕਟ ਕਰ ਸਕਦਾ? ਪਿੰਡ ਆਪਣਾ ਸਾਰਾ ਐਡਰੈਸ ਦੱਸ ਦਿਓ। ਸੰਗੂਧੌਣ ਜੀ। ਸੰਗੂਧੌਣ ਤੇ ਆਪਣੀਆਂ ਹੀ ਆਪਣੀਆਂ ਢਾਣੀਆਂ ਬਰਕੰਦੀ ਰੋਡ ਤੇ। ਬਰਕੰਦੀ ਰੋਡ ਤੇ? ਮੁਕਤਸਰ ਦੇ ਨਾਲ ਹੀ। ਠੀਕ ਹੈ, ਕਿੰਨੀ ਕੁ ਦੂਰ ਹੈਗਾ ਮੁਕਤਸਰ ਤੋਂ ਪਿੰਡ? 3 ਕਿਲੋਮੀਟਰ। ਅੱਛਾ, 3 ਕਿਲੋਮੀਟਰ ਹੈਗੇ? 3 ਕਿਲੋਮੀਟਰ ਅਸੀਂ ਮੰਡੀ 'ਚ ਖੜੇ ਆ ਨਾ। ਹਾਂਜੀ ਹਾਂਜੀ, ਆਪਣਾ ਘਰ 3 ਕਿਲੋਮੀਟਰ। ਜਾਣੀ ਬਾਈ ਨੇ ਕਹਿੰਦੇ ਬੱਸ ਤੇ ਆਉਣਾ ਜੀ, ਕਿਵੇਂ ਆਵੇ ਉਹ? ਇੱਥੋਂ ਬਠਿੰਡਾ ਰੋਡ ਗੇਟ ਨਹੀਂ? ਹਾਂਜੀ, ਉੱਥੇ ਉਤਰ ਸਕਦਾ, ਗੁਰਦੁਆਰਾ ਨਾਲ ਆ, ਉੱਥੇ ਉਤਰ ਸਕਦਾ। ਮੈਨੂੰ ਫੋਨ ਕਰ ਸਕਦਾ, ਮੈਂ ਆਪੇ ਲੈ ਜਾਊਂਗਾ ਉੱਥੋਂ। ਆਪੇ ਲੈ ਜਾਊਂਗੇ? ਆਪੇ ਲੈ ਜਾਊਂਗਾ। ਤੇ ਮਿੰਨੀ ਬੱਸ ਵੀ ਜਾਂਦੀ ਹੋਊਗੀ? ਨਾ, ਦੂਜੀਆਂ ਵੱਡੀਆਂ ਜਾਂਦੀਆਂ। ਅੱਛਾ, ਵੱਡੀਆਂ ਜਾਂਦੀਆਂ ਤੁਹਾਡੇ ਪਾਸ? ਜਾਂਦੀਆਂ, ਮਿੰਨੀਆਂ ਵੀ ਜਾਂਦੀਆਂ। ਠੀਕ ਹੈ ਜੀ, ਸਾਰੀਆਂ ਜਾਂਦੀਆਂ। ਹਾਂ, ਉਹ ਗੁਰਦੁਆਰਾ ਕੋਤਰੀ ਵਾਲਾ, ਉੱਥੇ ਜਾ ਕੇ ਮੈਨੂੰ ਫੋਨ ਕਰੇ, ਮੈਂ ਆਪੇ ਲੈ ਆਊਂਗਾ। ਠੀਕ ਆ ਬਾਈ ਜੀ, ਸੇਵਾ ਕਰਨੀ ਆ, ਮਾਲਕ ਕਰਾਉਣਾ ਮੇਰੇ ਕੋਲ। ਅੱਛਾ, ਸੇਵਾ ਹੀ ਆ ਕਿਸਾਨ ਦੀ? ਠੀਕ ਆ ਬਾਈ ਜੀ, ਦੋਸਤਾਂ ਜਿਨ੍ਹਾਂ ਨੂੰ ਲੋੜ ਆ, ਹਾਂਜੀ ਜਿਨ੍ਹਾਂ ਨੂੰ ਲੋੜ ਆ ਬਾਈ ਜੀ, ਜ਼ਰੂਰ ਕੰਟੈਕਟ ਕਰੇ ਬਾਈ ਨਾ। ਹੱਡੀ ਹੁੱਡੀ ਦੁਖਦੀ, ਕਿਤੋ ਵੀ ਢੂਈ ਦੁਖਦੀ ਸਰੀਰ ਦਾ ਬਾਈ ਜੀ, ਨਿਕਲਿਆ ਕੁਛ ਵੀ ਆ, 5 ਮਿੰਟਾਂ ਚ ਬੰਦਾ ਠੀਕ ਜਿਹੜਾ ਮੇਰੇ ਮਣ ਕੇ ਬੈਠੇ ਆ। ਅੱਛਾ ਜੀ, ਉਹਦੇ ਤਾਂ ਸਬਜ਼ੀਆਂ ਪਵਾਉਂਗਾ ਠੀਕ ਕਰਾ ਕੇ ਬਸ, ਸੰਦ ਕੇ ਨਾਲ ਦੀ ਨਾਲ ਵੀ, ਨਾਲ ਦੀ ਨਾਲ 5 ਮਿੰਟ ਗਿਣ ਲਈ, 5 ਮਿੰਟਾਂ ਚ ਬੰਦਾ ਬਾਈ ਕੋਲੇ ਆ। ਐਵੇਂ ਆ। ਅੱਛਾ ਜੀ, ਯਾਰ ਸਾਡੇ ਕੋਲੇ ਬੈਠਿਆਂ ਨੇ ਉਹਦੇ ਠੀਕ ਕਰਕੇ ਦਿਆਂਦੇ ਵੀ ਠੀਕ ਆ, ਅਸੀਂ ਵਧੀਆ ਡੰਡਮ ਲਾ ਦੋ ਸਾਹਮਣੇ ਦੇ ਕੋਲ। ਅੱਛਾ ਬਾਈ, ਆਪਾਂ ਕੋਈ ਝੂਠ ਨਹੀਂ ਆਵਾਂ ਬਾਈ ਕਰ। ਠੀਕ ਆ ਫਿਰ, ਉਹ ਕੰਟੈਕਟ ਕਰ ਉਹ ਮੁੰਡਾ ਕੋਲੇ, ਉਹ ਬੜਾ ਜੱਬਿਆ ਪਿਆ ਕੋਲੇ ਆ। ਅੱਛਾ ਬਾਈ ਜੀ, ਇਹ ਬਾਈ ਮੋਟਰਸਾਈਕਲ ਵਾਲਾ ਜੀ? ਹਾਂ, ਮੋਟਰਸਾਈਕਲ ਮਨੀ ਹੈ, ਲੱਗਿਆ ਵਾ ਆਪਣੇ ਆੜ ਇੱਥੇ ਹੁੰਦਾ, ਇਹ ਬਹੁਤ ਔਖਾ ਸੀਗਾ ਵਿਚਾਰਾ ਕਰਕੇ ਥੱਲ ਗਿਆ। ਅੱਛਾ ਬਾਈ ਜੀ, ਮੁੰਡਾ ਜਾ ਜਾਂਦਾ ਆਪਣੇ ਆੜ ਤੇ ਜਾਂਦਾ, ਆਪਣੇ ਆੜ ਤੇ ਮਲੀ ਵਾ, ਇਹ ਬਹੁਤ ਤੰਗ ਸੀਗਾ, ਬੜਾ ਤੰਗ ਸੀ। ਫਿਰ ਤਾਂ ਕਰਾਮਾਤ ਹੀ ਹੋਈ ਬਈ ਇੱਕ ਹਿਸਾਬ ਦੀ ਕਿ ਨਹੀਂ? ਮਾਲਕ ਆ ਜੀ, ਮੈਂ ਕਹਣਾ ਸਹੀ ਗੱਲ ਹੈ ਬਾਬਾ ਨਾਨਕ ਆ, ਇਹ ਬਹੁਤ ਔਖਾ ਸੀਗਾ, ਇਹ ਪਤਾ ਨਹੀਂ ਕਿੱਥੇ ਕਿੱਥੇ ਜਾਇਆ ਤੇ ਮੈਨੂੰ ਫੋਨ ਲਾਇਆ ਨਹੀਂ।
ਆਪ ਹੀ ਬਾਈ ਨੇ ਗਾਂ ਚੜ੍ਹਾਈ ਥੋੜੀ ਢੂਈ ਦੁਖਦੀ ਸੀ ਬਾਈ ਜੀ ਹੁਣ ਠੀਕ ਹੈ ਬਾਈ ਜਮਾ ਕਿੰਨੇ ਚਿਰ ਆਰਾਮ ਆ ਗਿਆ ਬਾਈ ਜੀ ਕਮਾਲ ਹੀ ਹੋ ਗਿਆ ਬਾਈ ਹਨਾ ਦੋਸਤੋ ਕੰਟੈਕਟ ਜਰੂਰ ਕਰਿਓ ਬਾਈ ਜੀ ਜਿਹੜੇ ਦੁਖੀ ਪਰੇਸ਼ਾਨ ਆ ਬਾਈ ਜੀ ਕੋਈ ਵੀ ਕਮੀ ਪੇਚੀ ਆ ਸਰੀਰ ਦੇ ਵਿੱਚ ਬਾਈ ਨਾਲ ਕੰਟੈਕਟ ਜਰੂਰ ਕਰਿਓ ਮਿੱਤਰੋ ਨੰਬਰ ਸਕਰੀਨ ਤੇ ਬਾਈ ਜੀ ਆ ਰਿਹਾ ਕੰਟੈਕਟ ਜਰੂਰ ਕਰ ਲਿਓ ਬਾਈ ਜੀ ਮੁਕਤਸਰ ਏਰੀਆ ਦੇ ਵਿੱਚ ਬਾਈ ਜੀ ਇਹ ਪਿੰਡ ਪੈਂਦਾ ਥੈਂਕ ਯੂ ਬਾਈ ਜੀ ਬਹੁਤ ਬਹੁਤ